ਕੱਲ੍ਹ ਹੀ ਸਾਡੇ ਸਰਹੰਦ ਮੰਡੀ ਦੇ ਏਰੀਆ ਵਿੱਚ ਇੱਕ ਲੋਨੀਨ ਕੌਰ ਨਾਮ ਦੀ ਲੇਡੀ ਹੈ, ਉਹਨਾਂ ਨੇ ਕੱਲ੍ਹ ਸੁਸਾਈਡ ਕਰ ਲਿਆ, ਉਹਨਾਂ ਨੇ ਆਪਣੇ ਆਪ ਨੂੰ ਹੈਂਗ ਕਰ ਲਿਆ ਸੀ। ਅਤੇ ਅਸੀਂ ਕੱਲ੍ਹ ਤਕਰੀਬਨ ਦੁਪਹਿਰੇ 2:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ। ਅਸੀਂ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬ੍ਰਦਰ ਵਗੈਰਾ ਉੱਥੇ ਆ ਗਏ ਸੀਗੇ, ਉਹਨਾਂ ਦੇ ਬ੍ਰਦਰ ਨੇ ਰੁਪਿੰਦਰ ਸਿੰਘ ਖੇੜੀ ਮੋਹਨ ਸਿੰਘ, ਉਹਨਾਂ ਦੀ ਸਟੇਟਮੈਂਟ 'ਤੇ ਅਸੀਂ ਜਿਹੜੀ ਲੇਡੀ ਨਵਨੀਤ ਕੌਰ ਹੈ ਉਹਨਾਂ ਦੇ ਹਸਬੈਂਡ ਦੇ ਖਿਲਾਫ FIR ਦਰਜ ਕੀਤੀ ਹੈ ਸੈਕਸ਼ਨ 306 ਫਤਿਹਗੜ੍ਹ ਸਾਹਿਬ। ਕੀ ਕਾਰਨ ਰਿਹਾ ਸੁਸਾਈਡ ਦਾ? ਜੋ ਜੀ ਉੱਥੇ ਲੋਕਾਂ ਨੇ ਦੱਸਿਆ ਇਹਨਾਂ ਨੂੰ, ਜਿਵੇਂ ਲੇਡੀ ਦਾ 15 ਸਾਲ ਹੋ ਗਏ ਸੀ ਵਿਆਹ ਹੋਏ ਨੂੰ, ਇਹਨਾਂ ਦਾ ਆਪਣੇ ਹਸਬੈਂਡ ਦੇ ਨਾਲ ਮੈਟਰੀਮੋਨੀਅਲ ਡਿਸਪਿਊਟ ਆਪਸ ਵਿੱਚ ਲੜਾਈ ਕਲੇਸ਼ ਬਹੁਤ ਰਹਿੰਦਾ ਸੀ। ਮੇਰੇ ਹਸਬੈਂਡ ਹੈ ਜਿਹੜੇ ਨਰੇਸ਼ ਕੁਮਾਰ, ਇਹਨਾਂ ਨੂੰ ਅਸੀਂ ਕੱਲ੍ਹ ਟੈਸਟ ਵੀ ਕਰ ਲਿਆ, ਇਹਨਾਂ ਇਹ ਕਿਤੇ ਮੰਡੀ ਗੋਬਿੰਦਗੜ੍ਹ ਕਿਸੇ ਮਿਲ ਦੇ ਵਿੱਚ ਅਕਾਊਂਟੈਂਟ ਲੱਗੇ ਹੋਏ, ਅਤੇ ਇਹਨਾਂ ਦਾ ਆਪਸ ਕੋਈ ਲੜਾਈ ਕਲੇਸ਼ ਰਹਿੰਦਾ ਸੀ, ਉਸ ਤੋਂ ਦੁਖੀ ਆ ਕੇ ਉਹਨਾਂ ਨੇ ਕੱਲ੍ਹ ਸੁਸਾਈਡ। ਕੋਈ ਸੁਸਾਈਡ ਨੋਟ ਵਗੈਰਾ ਵੀ ਮਿਲਿਆ? ਨਹੀਂ, ਹਾਲੇ ਤੱਕ ਨਹੀਂ ਮਿਲਿਆ, ਅਸੀਂ ਸਰਚ ਵਗੈਰਾ ਕਰਨੀ ਸੀ, ਕੋਈ ਮਿਲਿਆ ਨਹੀਂ ਹੈਗਾ। ਵੈਸੇ ਹਾਲੇ ਸਾਡੀ ਤਫਤੀਸ਼ ਜਾਰੀ ਹੈ, ਕੁਛ ਨਾ ਕੁਛ ਉਹਨਾਂ ਦੇ ਫੋਨ ਦਾ ਜਾਂ ਹੋਰ ਸਾਰਾ ਆਲੇ ਦੁਆਲੇ ਕੈਮਰੇ ਵਗੈਰਾ ਅਸੀਂ ਚੈੱਕ ਕਰਾਂਗੇ। ਅੱਜ ਦਾ ਪੋਸਟਮਾਰਟਮ ਕਰਵਾ ਦਿੱਤਾ? ਲੇਡੀ ਪੋਸਟਮਾਰਟਮ ਚੱਲ ਰਿਹਾ ਜੀ, ਬੋਰਡ ਬਣਵਾਇਆ, ਬੋਰਡ ਤੋਂ ਪੋਸਟਮਾਰਟਮ ਕੀਤਾ।